ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਜਾ ਰਹੇ ਨੇ ਇਸ ਵੇਲੇ, ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਧਰਮ ਪਤਨੀ, ਬੇਟੀ, ਮਾਤਾ ਤਾਂ ਪੂਰਾ ਪਰਿਵਾਰ ਨਾਲ ਹੈ, ਤਾਂ ਬੇਟੀ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਵਾਰ ਪਹਿਲੀ ਵਾਰ ਆਫਟਰ ਮੈਰਿਜ ਤੁਸੀਂ ਵੋਟ ਪਾਉਣ ਜਾ ਰਹੇ ਹੋ, ਤਾਂ ਕਿੰਨੀ ਕੁ ਐਕਸਾਈਟਮੈਂਟ ਔਰ ਕੀ ਵੱਖਰਾ ਹੈ? ਬਹੁਤ ਵਧੀਆ ਲੱਗ ਰਿਹਾ ਹੈ ਜੀ। ਜਿਸ ਦਿਨ ਵਾਸਤੇ ਅਸੀਂ ਵੇਟ ਕਰ ਰਹੇ ਸੀ, ਜਿਸ ਦਿਨ ਲਈ ਇਹਨੇ ਮਿਹਨਤ ਕੀਤੀ ਹੈ, ਇੰਨੇ ਸਾਲਾਂ ਤੋਂ ਇਨਫੈਕਟ ਮਿਹਨਤ ਕੀਤੀ ਹੈ, ਉਹ ਦਿਨ ਫਾਈਨਲੀ ਆ ਗਿਆ ਐਂਡ ਬਹੁਤ ਖੁਸ਼ੀ ਹੈ ਮੈਨੂੰ ਕਿ ਅਸੀਂ ਵੋਟ ਕਿ ਫਾਦਰ ਸਾਹਿਬ ਹੈਟ੍ਰਿਕ ਕਰਨਗੇ। ਬਿਲਕੁਲ ਕਰਨਗੇ ਜੀ, ਬਿਲਕੁਲ ਮਿਹਨਤ ਕੀਤੀ ਹੈ, ਲੋਕਾਂ ਨੂੰ ਦਿਖਦੀ ਹੈ ਮਿਹਨਤ, ਉਹਨਾਂ ਦੇ ਕੰਮ ਦਿਖਦੇ ਨੇ, ਹੈਟ੍ਰਿਕ ਵੱਜੂਗੀ ਪੱਕੀ ਗੱਲ। ਬਿਲਕੁਲ ਪਰਿਵਾਰ ਖੁਸ਼ ਹੈ, ਉਹਨਾਂ ਦੇ ਪਤਨੀ ਵੀ ਨਾਲ ਨੇ। ਮੈਮ ਤਾਂ ਪਿਤਾ ਜੀ ਕੀ ਲੱਗਦਾ ਇਸ ਵਾਰੀ ਤੀਜੀ ਵਾਰ ਜਿੱਤਣਗੇ ਔਜਲਾ? ਇਹ ਜੀ ਵੇਖੋ, ਜਿਸ ਤਰ੍ਹਾਂ ਪਿੱਛੇ ਲੋਕਾਂ ਨੇ ਸਾਨੂੰ ਸਾਥ ਦਿੱਤਾ, ਦੋ ਵਾਰੀ ਬਹੁਤ ਵੱਡੀ ਲੀਡ ਨਾਲ ਕਾਮਯਾਬ ਹੋਇਆ, ਅਤੇ ਇਸ ਵਾਰੀ ਤੀਜੀ ਵਾਰਾਂ ਵੀ ਕਾਂਗਰਸ ਨੇ ਸਾਨੂੰ ਇਜਾਜ਼ਤ ਦਿੱਤੀ ਇਹਨੂੰ ਚੋਣ ਲੜਨ ਦੀ। ਅਤੇ ਮੈਂ ਇਹੋ ਵਿਚਾਰ ਆਸ ਰੱਖਦਾ ਕਿ ਪਿਛਲੀ ਵਾਰ ਨੂੰ ਇਸ ਤਰ੍ਹਾਂ ਹੋਰ ਵੀ ਵੱਡੀ ਲੀਡ ਨਾ ਜਿੱਤਾਂ। ਮਾਤਾ ਪਿਤਾ ਦਾ ਆਸ਼ੀਰਵਾਦ ਹਰ ਵੇਲੇ ਬੱਚਿਆਂ ਦੇ ਨਾਲ ਰਹਿੰਦਾ, ਅਤੇ ਲੱਗਦਾ ਗੁਰੂ ਨਗਰੀ ਦੀ ਜਨਤਾ ਵੀ ਆਸ਼ੀਰਵਾਦ ਦੇ? ਨਹੀਂ ਜੀ, ਜਨਤਾ ਸਾਡੇ ਨੂੰ ਜ਼ਿਆਦਾ ਆਸ਼ੀਰਵਾਦ ਦੇ ਰਹੀ ਆ, ਅਸੀਂ ਤਾਂ ਦੇਣਾ ਹੀ ਦੇਣਾ ਹੈ, ਔਰ ਜਨਤਾ ਬਹੁਤ ਜ਼ਿਆਦਾ ਚਾਹ ਰੱਖ ਰਹੀ ਬੱਚੇ ਦਾ ਜੀ, ਅਤੇ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ। ਬਿਲਕੁਲ, ਇਸ ਵਾਰ ਉਹਨਾਂ ਦੇ ਸਨ ਇਨ ਲਾਅ ਵੀ ਨਾਲ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਫਸਟ ਟਾਈਮ ਤੁਸੀਂ ਆਪਣੇ ਜਿਹੜੇ ਫਾਦਰ ਇਨ ਲਾਅ ਦੇ ਨਾਲ ਵੋਟ ਕਰਨ ਦੇ ਲਈ ਜਾ ਰਹੇ, ਹਾਲਾਂਕਿ ਤੁਹਾਡਾ ਵੋਟ ਭਾਵੇਂ ਇੱਥੇ ਨਹੀਂ ਹੈ, ਤਾਂ ਕਿੰਨੀ ਕੁ ਐਕਸਾਈਟਮੈਂਟ? ਵੀ ਆਰ ਵੈਰੀ ਐਕਸਾਈਟਡ, ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜੀ, ਪਲੱਸ ਲੋਕਾਂ ਨੇ ਬਹੁਤ ਪਿਆਰ ਦਿੱਤਾ, ਸੋ ਜਿੰਨਾ ਕੁ ਮੈਂ ਸ਼ਹਿਰ 'ਚ ਜਾਂ ਪਿੰਡਾਂ 'ਚ ਘੁੰਮਿਆ, ਲੋਕਾਂ ਨੇ ਬਹੁਤ ਸਪੋਰਟ ਕੀਤਾ ਐਂਡ ਡੈਫੀਨੇਟਲੀ ਵਿਲ ਵਨ। ਬਿਲਕੁਲ ਬਿਲਕੁਲ, ਨੋ ਡਾਊਟ। ਬਿਲਕੁਲ, ਪੂਰਾ ਪਰਿਵਾਰ ਇਸ ਵੇਲੇ ਖੁਸ਼ ਹੈ, ਤੁਸੀਂ ਦੇਖ ਸਕਦੇ ਕਿ ਉਹਨਾਂ ਦੇ ਮਾਤਾ ਜੀ ਇਸ ਵੇਲੇ ਗੱਡੀ ਦੇ ਵਿੱਚ ਬੈਠ ਰਹੇ ਨੇ, ਤਾਂ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਸਮੇਤ ਜੋ ਹੈ ਵੋਟ ਪਾਉਣ ਲਈ ਜਾ ਰਹੇ ਨੇ, ਅਸੀਂ ਗੱਲਬਾਤ ਵੀ ਜ਼ਰੂਰ ਕਰਾਂਗੇ। ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਦੇ ਘਰ ਤੋਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹਨਾਂ ਦਾ ਪੂਰਾ ਪਰਿਵਾਰ ਜੋ ਹੈ ਇਸ ਵੇਲੇ ਵੋਟ ਹੱਕ ਦਾ ਇਸਤੇਮਾਲ ਜੋ ਹੈ ਉਹ ਕਰਨ ਦੇ ਲਈ ਜਾ ਰਿਹਾ, ਕਿਉਂਕਿ ਵੋਟ ਕਰਨਾ ਬਹੁਤ ਲਾਜ਼ਮੀ ਹੁੰਦਾ ਹੈ, ਤਾਂ ਇੱਕ ਇੱਕ ਵੋਟ ਜਿਹੜੀ ਹੈ ਉਹ ਤੈਅ ਕਰਦੀ ਹੈ ਕਿ ਆਖਿਰਕਾਰ ਦੇਸ਼ ਦਾ ਭਵਿੱਖ ਜਿਹੜਾ ਉਹ ਕਿਸ ਤਰੀਕੇ ਦਾ ਹੋਏਗਾ। ਤਾਂ ਅੰਮ੍ਰਿਤਸਰ ਦੇ MP ਨੂੰ ਲੈ ਕੇ ਜਿਹੜੀ ਵੋਟ ਹੈ, ਤਾਂ ਉਹਨਾਂ ਦੇ ਬੇਟੇ ਵੀ ਸਾਡੇ ਨਾਲ ਨੇ, ਕੀ ਕਹਿਣਾ ਚਾਹੋਗੇ? ਪਿਤਾ ਦੇ ਨਾਲ ਵੋਟ ਕਰਨ ਜਾ ਰਹੇ ਹੋ, ਅੰਮ੍ਰਿਤਸਰ ਦੀ ਜਨਤਾ 'ਤੇ ਕਿੰਨਾ ਕੁ ਭਰੋਸਾ ਹੈ? ਗੁਰੂ ਨਗਰੀ ਤੋਂ ਆਸ਼ੀਰਵਾਦ ਮਿਲੇਗਾ? ਭਰੋਸਾ ਪੂਰਾ ਹੈ ਜੀ, ਪੂਰਾ ਭਰੋਸਾ ਹੈ, ਨਾਲੇ ਭਰੋਸਾ 5 ਸਾਲ 7 ਸਾਲ ਪਿਛਲੇ ਜਦੋਂ ਤੋਂ ਕੰਮ ਕਰਦੇ ਆ ਰਹੇ ਹਾਂ ਉਦੋਂ ਦਾ ਭਰੋਸਾ ਬਣਾਇਆ ਹੈ ਲੋਕਾਂ ਦੇ ਵਿੱਚ, ਅਤੇ ਹੁਣ ਜਦੋਂ 7 ਸਾਲ ਅਸੀਂ ਕੰਮ ਕੀਤੇ ਨੇ ਅਤੇ ਹੁਣ ਲੋਕਾਂ ਦਾ ਟਾਈਮ ਹੈ ਕੰਮ ਕਰਨ ਦਾ ਇੱਕ ਦਿਨ। ਹੈਟ੍ਰਿਕ ਹੋਏਗੀ? ਬਿਲਕੁਲ ਹੋਏਗੀ, ਫੋਰ ਸ਼ੋਰ ਹੋਏਗੀ, ਕੁਛ ਵੀ ਫਰਕ ਨਹੀਂ ਹੋਏਗਾ ਪਿਛਲੇ 2 ਰਿਜ਼ਲਟਸ ਤੋਂ, ਅਤੇ ਆਪਾਂ ਫੋਰ ਸ਼ੋਰ ਤੀਸਰੀ ਵਾਰੀ ਜਿੱਤਾਂਗੇ। ਇਸ ਵਾਰੀ ਨਾ 4 ਕੋਨਾ ਮੁਕਾਬਲਾ, ਔਰ ਲੋਕਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਚਰਚਾ ਕਿ ਇਸ ਵਾਰ ਲੀਡ ਬਹੁਤ ਘੱਟ ਰਹੇਗੀ, ਪਰ ਤੁਹਾਡਾ ਸਿਆਸੀ ਤਜਰਬਾ, ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵੀ ਵਿਚਰਦੇ ਹੋ ਔਰ ਪਿਤਾ ਦੇ ਨਾਲ ਜਿਹੜੀ ਰਣਨੀਤੀ ਤਿਆਰ ਕਰਦੀਆਂ ਉਹਦੇ 'ਚ ਵੀ ਤੁਹਾਡੀ ਅਹਿਮ ਭੂਮਿਕਾ ਰਹਿੰਦੀ? ਦੇਖੋ ਜੀ, ਮੇਰਾ ਤਜਰਬਾ ਇੰਨਾ ਜ਼ਿਆਦਾ ਨਹੀਂ ਹੈ, ਪਰ ਮੈਂ ਇੰਨੀ ਗੱਲ ਕਹੂੰਗਾ ਕਿ ਲੜਕੇ ਹੀ ਜਿੱਤਣ ਦਾ ਮਜ਼ਾ ਆਉਂਦਾ ਆ, ਅਤੇ ਲੜੇ ਹਾਂ ਅਤੇ ਜਿੱਤਾਂਗੇ। ਯਾਨੀ ਕਿ ਮੈਦਾਨ 'ਚ ਜੇ ਪਹਿਲਵਾਨ ਮੁਕਾਬਲੇ ਦਾ ਹੋਵੇ ਫਿਰ ਫਾਈਟ ਦਾ ਮਜ਼ਾ ਵੀ ਤਾਂ ਹੀ ਆਉਂਦਾ ਆ, ਸੋ ਇਹ ਹੈ ਕਿ ਪਰ ਐਤਕਾਂ ਵੀ ਵਧੀਆ ਰਿਹਾ ਜੀ, ਬਹੁਤ ਅੱਛਾ ਰਿਸਪੋਂਸ ਰਿਹਾ ਆ, ਅਤੇ ਤੀਸਰੀ ਵਾਰੀ ਦੁਬਾਰਾ ਜਿੱਤਾਂਗੇ। ਬਿਲਕੁਲ, ਤੋਂ ਰਵਾਨਾ ਹੋਣ ਜਾ ਰਿਹਾ ਵੋਟ ਕਰਨ ਦੇ ਲਈ, ਤਾਂ ਇੱਥੇ ਤੁਸੀਂ ਦੇਖੋ ਕਿ ਉਹਨਾਂ ਨੂੰ ਜੋ ਹੈ ਰੱਖੜੀ ਬੰਨੀ ਜਾ ਰਹੀ ਇੱਥੇ, ਤਾਂ ਜਿਹੜੀ ਇੱਕ ਸਾਡੀ ਪਰੰਪਰਾ ਹੈ ਭਾਰਤ ਦੀ, ਤਾਂ ਜਦੋਂ ਕਿਸੇ ਵੀ ਲੜਾਈ ਦੇ ਲਈ ਜਾਣਾ ਹੁੰਦਾ ਤਾਂ ਇੱਕ ਪਰਿਵਾਰ ਵੱਲੋਂ ਪੂਰੀ ਤਿਆਰੀ ਦੇ ਨਾਲ ਭੇਜਿਆ ਜਾਂਦਾ, ਤਾਂ ਔਜਲਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਵੇਲੇ, ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦਲ ਦੇ ਉਹਨਾਂ ਵੱਲੋਂ ਮੌਲੀ ਬਣ ਕੇ ਮਤਲਬ ਆਸ਼ੀਰਵਾਦ ਦਿੱਤਾ ਗਿਆ। ਸੋ ਅੱਜ ਜਿਹੜਾ ਚੋਣਾਂ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਉਹਦੇ 'ਚ ਵੋਟ ਪਾਉਣ ਜਾ ਰਹੇ ਹਾਂ, ਔਰ ਮੈਨੂੰ ਪਰਮਾਤਮਾ ਦੀ ਅਰਦਾਸ ਬੇਨਤੀਆਂ ਕਰਕੇ ਔਰ ਵਿਸ਼ਵਾਸ ਹੈ, ਔਰ ਲੋਕ ਵੱਡੀ ਲੀਡ ਦੇ ਨਾਲ ਅੱਜ ਜਿੱਤਣਗੇ ਵੀ, ਔਰ ਮੈਂ ਮਤ ਦਾ ਦਾਨ ਕਰਨਗੇ,
ਔਰ ਅੱਜ ਇਹ ਜਿਹੜਾ ਚੁਣ ਜਿਹੜਾ ਪਿਛਲਾ ਵੱਡਾ ਪ੍ਰਚਾਰ ਸੀ ਦੋ ਦਿਨ ਪਹਿਲਾਂ ਖਤਮ ਹੋਇਆ, ਅੱਜ ਜਿਹੜੀ ਮੇਨ ਚੀਜ਼ ਅੱਜ ਉਹ ਲੋਕਾਂ ਨੇ ਆਪਣੀ ਮਤਦਾ ਦਾਨ ਕਰਨਾ। ਅਤੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਚਾਹੇ ਗਰਮੀ ਵੀ ਆ ਵੋਟ ਪਾਉਣ ਜ਼ਰੂਰ ਆਇਓ, ਕਿਉਂਕਿ ਬੜੀ ਵੱਡੀ ਚੋਣ ਕਰਨੀ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਬਹੁਤ ਲੋਕ ਬਾਅਦ 'ਚ ਆਪਾਂ ਸੋਚਦੇ ਰਹੇ ਨੇ ਕਿ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ ਸੀ, ਪਰ ਅੱਜ ਚੋਣ ਪਾਉਣ ਮਤਲਬ ਵੋਟ ਕਰਨ ਜ਼ਰੂਰ ਜਾਇਓ, ਮੇਰੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ। ਕਈ ਜਿਹੜੇ ਬੰਦੇ ਬੈਠੇ ਰਹਿੰਦੇ ਨੇ ਕੱਲ੍ਹ ਘੜੀ ਨੂੰ ਚਲੇ ਜਾਵਾਂਗੇ,